2 मार्च 2013 ਨੂੰ ਸ੍ਰੀਨਗਰ ਦੇ ਹੰਦਵਾੜਾ ਖੇਤਰ 'ਚ ਬੱਸ ਸਟੈਂਡ ਕੋਲ ਅਤਵਾਦੀਆਂ ਨਾਲ ਮੁੱਠਭੇੜ ਦੌਰਾਨ ਆਈਆਰਪੀ ਦੀ 16ਵੀਂ ਬਟਾਲੀਅਨ ਦੇ ਸ਼ਹੀਦ ਹੋਏ ਸਿਪਾਹੀ ਸੰਤੋਸ਼ ਸਿੰਘ ਨੂੰ ਉਹਨਾਂ ਦੇ ਪਿੰਡ ਜਨਿਆਲ 'ਚ ਸ਼ਹੀਦ ਪਰਿਵਾਰ ਸੁਰੱਖਿਆ ਸੰਸਥਾ ਵੱਲੋਂ ਆਯੋਜਿਤ ਇੱਕ ਸ਼ਹੀਦੀ ਸਮਾਗਮ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਸੰਤੋਖ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਿਹਤ ਮੰਤਰੀ ਜੰਮੂ ਕਸ਼ਮੀਰ ਅਤੇ DIG ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਸਿੰਘ ਖਾਸ ਤੌਰ 'ਤੇ ਪੁੱਜੇ। ਸ਼ਹੀਦ ਸੰਤੋਖ ਸਿੰਘ ਦੇ ਪਿਤਾ ਨੇ ਕਿਹਾ ਕਿ ਜਿੱਥੇ ਉਹਨਾਂ ਨੂੰ ਆਪਣੇ ਬੇਟੇ ਦੇ ਜਾਨ ਦਾ ਗਮ ਹੈ ਉੱਥੇ ਗਰਵ ਹੈ ਕਿ ਉਹ ਦੇਸ਼ ਦੀ ਖਾਤਰ ਸ਼ਹੀਦ ਹੋਇਆ ਹੈ। ਮੇਰਾ ਬੱਚਾ ਸ਼ਹਾਦਤ ਹੋਇਆ ਲੇਕਿਨ ਮੁਝੇ ਗਰਵ ਹੈ, ਮੇਰਾ ਬੱਚਾ ਮਤਲਬ ਦੇਸ਼ ਦੇ ਵਾਸਤੇ ਬਲੀਦਾਨ ਦਿੱਤਾ ਹੈ। ਇਸ ਮੌਕੇ DIG ਬਾਰਡਰ ਰੇਂਜ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਉਹਨਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਸ ਸੰਸਥਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਅੱਜ ਇੱਥੇ ਜਨਿਆਲ ਦੇ ਵਿੱਚ ਅਸੀਂ ਸ਼ਹੀਦ ਸਿਪਾਹੀ ਸੰਤੋਖ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਇਕੱਠੇ ਹੋਏ ਸੀ ਅਤੇ ਇਹ ਜਿਹੜਾ ਪ੍ਰੋਗਰਾਮ ਸੀ ਇਹ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਆਯੋਜਿਤ ਕੀਤਾ ਗਿਆ ਸੀ। ਸ਼੍ਰੀ RS ਵਿੱਕੀ ਜੀ ਨੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਯੋਜਿਤ ਕੀਤਾ ਜਿਸ ਦੇ ਵਿੱਚ ਇਸ ਏਰੀਏ ਦੇ ਕਾਫੀ ਗਣਮਾਨ ਵਿਅਕਤੀ ਆਏ ਅਤੇ ਮੈਂ ਇਸ ਸਮੁੱਚੇ ਇਲਾਕੇ ਦੀ ਜਨਤਾ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਇੰਨੇ ਸ਼ਹੀਦ ਦਿੱਤੇ, ਇੰਨੇ ਕਿਉਂਕਿ ਜੋ ਸ਼ਹੀਦ ਹੁੰਦਾ ਹੈ ਉਹ ਸਾਰੇ ਦੇਸ਼ ਦਾ ਹੁੰਦਾ ਹੈ ਅਤੇ ਜਦੋਂ ਕਿਸੇ ਸ਼ਹੀਦ ਦੀ ਸ਼ਹਾਦਤ ਹੁੰਦੀ ਹੈ ਸਾਰਾ ਦੇਸ਼ ਰੋਂਦਾ ਹੈ। ਜਦੋਂ ਸੈਨਿਕ ਸੀਮਾ ਦੇ ਉੱਤੇ ਪਹਿਰਾ ਦਿੰਦਾ ਹੈ ਤਾਂ ਹੀ ਅਸੀਂ ਸਾਰੇ ਇੱਧਰ ਆਪਣੇ ਘਰਾਂ ਦੇ ਵਿੱਚ ਸੌਂਦੇ ਹਾਂ, ਆਪਣਾ ਕੰਮ ਕਰਦੇ ਹਾਂ, ਪੜ੍ਹਾਈ ਲਿਖਾਈ ਬੱਚੇ ਕਰਦੇ ਨੇ, ਬਿਜ਼ਨਸ ਵਪਾਰ ਹੁੰਦਾ ਹੈ। ਇਸ ਕਰਕੇ ਸ਼ਹੀਦਾਂ ਦੀ ਜੋ ਸ਼ਹਾਦਤ ਹੈ ਉਸ ਨੂੰ ਸਾਰੇ ਦੇਸ਼ ਨੂੰ ਸਲਾਮ ਕਰਨਾ ਚਾਹੀਦਾ ਹੈ। ਮੈਂ ਇੱਕ ਵਾਰ ਫਿਰ RS ਵਿੱਕੀ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਹੀਦਾਂ ਵਾਸਤੇ ਇੰਨਾ ਵਧੀਆ ਪ੍ਰੋਗਰਾਮ ਰੱਖਿਆ।